ਕੈਨੇਡਾ ਦੇ ਵਿੱਚ ਜਿਹੜਾ ਵਰਕ ਪਰਮਿਟ ਦੇ ਨਾਂ ਉੱਤੇ ਫਰਾਡ ਹੁੰਦਾ ਨਾ, ਉਹ ਹੁਣ ਬੰਦ ਹੋਣ ਜਾ ਰਿਹਾ, ਕਿਉਂਕਿ ਕੈਨੇਡਾ ਗਵਰਨਮੈਂਟ ਨੇ ਇਸ ਚੀਜ਼ ਦਾ ਨੋਟਿਸ ਲੈ ਲਿਆ। ਉਹ ਕਹਿੰਦੇ ਵੀ ਆਪਾਂ ਇਹ ਬਿਲਕੁਲ ਸਿਸਟਮ ਬੰਦ ਕਰ ਦੇਣਾ, ਕਿਉਂਕਿ ਉਹ ਕਹਿੰਦੇ ਵੀ ਵਰਕ ਪਰਮਿਟ ਲੈਣ ਵਾਸਤੇ ਜਿਹੜਾ LMIE ਨਾਂ ਦਾ ਡਾਕੂਮੈਂਟ ਅਸੀਂ ਜਾਰੀ ਕਰ ਦਿਓ, ਕਹਿੰਦੇ ਆਪਾਂ ਬੰਦ ਹੀ ਕਰ ਦੇਣਾ। ਉਹ ਕਹਿੰਦੇ ਵੀ ਨਾ ਰਹੂਗਾ ਬਾਂਸ ਤੇ ਨਾ ਵਜੂਗੀ ਬੰਸਰੀ। ਸੋ ਇਸ ਚੀਜ਼ ਨੂੰ ਸਾਨੂੰ ਬੜੇ ਧਿਆਨ ਨਾਲ ਹੁਣ ਸਮਝਣਾ ਚਾਹੀਦਾ ਵੀ ਇਹਦਾ ਅਸਰ ਇੱਥੇ ਰਹਿੰਦੇ ਲੋਕਾਂ ਉੱਤੇ ਕਿਵੇਂ ਦਾ ਹੋਊਗਾ, ਤੇ ਜਿਹਨਾਂ ਨੇ ਕੈਨੇਡਾ ਦੇ ਵਿੱਚ ਹਜੇ ਵਰਕ ਪਰਮਿਟ ਲੈ ਕੇ ਆਉਣਾ ਉਹਨਾਂ ਦੇ ਉੱਤੇ ਕਿੱਦਾਂ ਦਾ ਪਊਗਾ, ਕਿਉਂਕਿ ਕੈਨੇਡਾ ਸਰਕਾਰ ਇਸ ਵੇਲੇ ਚਾਰ ਚਫੇਰੋ ਘਿਰੀ ਹੋਈ ਆ, ਖਾਸ ਕਰਕੇ ਟਰੂਡੋ ਗਵਰਨਮੈਂਟ। ਬਹੁਤ ਸਾਰੀਆਂ ਗਲਤੀਆਂ ਇਹਨਾਂ ਨੇ ਕੀਤੀਆਂ ਨੇ, ਬਹੁਤ ਸਾਰੀਆਂ ਮੀਡੀਆ ਇੰਟਰਵਿਊ ਵਿੱਚ ਇਹਨਾਂ ਨੇ ਮੰਨੀਆਂ ਵੀ ਨੇ ਵੀ ਸਾਡੇ ਕੋਲ ਗਲਤੀਆਂ ਹੋਈਆਂ ਨੇ, ਤੇ ਜਿਹੜੀ ਟਰੂਡੋ ਸਰਕਾਰ ਉਹ ਜਾਂਦੀ ਜਾਂਦੀ ਆਪਦੀਆਂ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰ ਰਹੀ ਆ, ਕਿਉਂਕਿ ਕੈਨੇਡਾ ਵਿੱਚ ਇਲੈਕਸ਼ਨ ਆ ਰਹੀ ਹੈਗੀ ਆ। ਸੋ ਇਸ ਮਸਲੇ ਉੱਤੇ ਮੈਂ ਤੁਹਾਡਾ ਗੱਲਬਾਤ ਕਰਨ ਲਈ ਹਾਜ਼ਰ ਹੋਇਆ ਜੀ। ਮੈਂ ਜਸਕਰਨ ਸਿੰਘ ਢਿੱਲੋਂ ABC ਨਿਊਜ਼ ਉੱਤੇ ਤੁਹਾਡਾ ਨਿੱਘਾ ਸਵਾਗਤ ਕਰਦਾ ਵਾਂ। ਦੋਸਤੋ, ਤੁਸੀਂ ABC ਨਿਊਜ਼ ਉੱਤੇ ਸਾਡੇ ਨਾਲ ਕਾਫੀ ਸਾਲਾਂ ਤੋਂ ਜੁੜੇ ਹੋਏ ਹੋ, ਤੁਸੀਂ ਜਾਣਦੇ ਹੋ ਕਿ ਕੈਨੇਡਾ ਨੂੰ ਲੈ ਕੇ ਆਪਾਂ ਤੁਹਾਡੇ ਨਾਲ ਜਿਹੜੀ ਬਿਲਕੁਲ ਸਟੀਕ ਔਰ ਸਾਫ਼ ਸੁਥਰੀ ਇਨਫੋਰਮੇਸ਼ਨ ਹੁੰਦੀ ਆ, ਹਮੇਸ਼ਾ ਸ਼ੇਅਰ ਕਰਦੇ ਰਹਿੰਦੇ ਹਾਂ। ਔਰ ਇਹ ਜਿਹੜੀ ਅੱਜ ਦੀ ਖਬਰ ਆ, ਇਹ ਬਹੁਤ ਜ਼ਿਆਦਾ ਇੰਪੋਰਟੈਂਟ ਆ, ਕਿਉਂਕਿ ਸਾਡੇ ਨਾਲ ਧੋਖਾ ਵੀ ਹੁੰਦਾ, ਫਰੋਡ ਵੀ ਹੁੰਦਾ, ਅਸੀਂ ਅਕਸਰ ਕੰਪਲੇਂਟ ਵੀ ਕਰਦੇ ਹਾਂ, ਸੋਸ਼ਲ ਮੀਡੀਆ ਉੱਤੇ ਵੀ ਰੌਲਾ ਪਾਉਂਦੇ ਹਾਂ ਵੀ ਸਾਡੇ ਕੋਲ ਇੰਨੇ ਪੈਸੇ ਲੈ ਲਏ ਪਰ ਸਾਡਾ ਵਰਕ ਪਰਮਿਟ ਨਹੀਂ ਲੱਗਾ। ਪਰ ਨਾਲ ਦੀ ਨਾਲ ਜਦੋਂ ਹੁਣ ਕੈਨੇਡਾ ਗਵਰਨਮੈਂਟ ਕਹਿ ਰਹੀ ਹੈ ਨਾ ਆਪਾਂ ਵਰਕ ਪਰਮਿਟ ਦੇਣੇ ਹੀ ਬੰਦ ਕਰ ਦਿੰਦੇ ਹਾਂ, ਕਈਆਂ ਲਈ ਤਾਂ ਬਹੁਤ ਖੁਸ਼ੀ ਦੀ ਗੱਲ ਆ ਅਤੇ ਕਈਆਂ ਦੇ ਲਈ ਇਹ ਚੀਜ਼ ਬਹੁਤ ਸਮੱਸਿਆ ਦੀ ਗੱਲ ਹੈਗੀ ਆ। ਸਮਝਣਾ ਬੜੇ ਧਿਆਨ ਨਾਲ, ਹੁਣ ਤੁਸੀਂ ਦੋਨਾਂ ਹਾਲਾਤਾਂ ਦੀ ਆਪਾਂ ਗੱਲ ਕਰਦੇ ਹਾਂ। ਇਹ ਖੁਸ਼ੀ ਦੀ ਗੱਲ ਕਿਹਨਾਂ ਵਾਸਤੇ ਆ? ਖੁਸ਼ੀ ਦੀ ਗੱਲ ਪਹਿਲੀ ਤਾਂ ਉਹਨਾਂ ਕੈਨੇਡੀਅਨਸ ਵਾਸਤੇ ਜਿਹੜੇ ਬਹੁਤ ਚਿਰ ਤੋਂ ਰੌਲਾ ਪਾ ਰਹੇ ਆ ਕਿ ਇੰਟਰਨੈਸ਼ਨਲ ਸਟੂਡੈਂਟ ਸਾਡੀਆਂ ਜੌਬਾਂ ਖਾ ਗਏ, ਫੋਰਨ ਵਰਕਰ ਸਾਡੀਆਂ ਜੌਬਾਂ ਖਾ ਗਏ, ਕਿਉਂਕਿ ਲੋ ਵੇਜ ਉੱਤੇ ਗਵਰਨਮੈਂਟ ਨੇ ਲਾਅ ਕੀਤਾ ਸੀਗਾ ਵੀ ਘੱਟ ਪੈਸਿਆਂ ਉੱਤੇ ਸਸਤੀ ਲੇਬਰ ਬੁਲਾਉਣ ਵਾਸਤੇ ਕੈਨੇਡਾ ਗਵਰਨਮੈਂਟ ਨੇ ਇੰਪਲੋਇਰਸ ਨੂੰ ਖੁੱਲ੍ਹ ਦਿੱਤੀ ਹੋਈ ਸੀਗੀ। ਸਸਤੀ ਲੇਬਰ ਅਸੀਂ ਕਿਹਨਾਂ ਨੂੰ ਕਹਿੰਦੇ ਹਾਂ? ਜਿਹਨਾਂ ਨੂੰ ਇੱਕ ਘੰਟੇ ਦੇ $16, $17, or $18 ਮਿਲਦੇ ਹੈਗੇ ਨੇ। ਹੁਣ ਸਸਤੀ ਲੇਬਰ ਵਾਲੇ ਲੋਕ ਕਿਹੜੇ ਹੁੰਦੇ ਨੇ? ਖੇਤਾਂ 'ਚ ਕੰਮ ਕਰਨ ਵਾਲੇ ਲੋਕ, ਜਿਹਨੂੰ ਅਸੀਂ ਫਾਰਮ ਵਰਕਰ ਕਹਿੰਦੇ ਹੈਗੇ ਹਾਂ, ਵੇਅਰ ਹਾਊਸ ਵਰਕਰ ਕਹਿੰਦੇ ਹਾਂ, ਫੈਕਟਰੀ ਵਰਕਰ ਕਹਿ ਦਿੰਦੇ ਹਾਂ, ਰੈਸਟੋਰੈਂਟਾਂ ਦੇ ਵਿੱਚ ਭਾਂਡੇ ਵਗੈਰਾ ਧੋਣ ਦਾ ਜਾਂ ਪਿੱਛੇ ਕਿਚਨ ਕਲੀਨਿੰਗ ਦਾ ਕੰਮ ਕਰਨ ਵਾਲਾ, ਝਾੜੂ ਪੋਚਾ ਕਰਨ ਵਾਲੇ ਲੋਕ ਜਿਹਨੂੰ ਅਸੀਂ ਜਨਰਲ ਲੇਬਰ ਦੇ ਲੋਕ ਕਹਿ ਦਿੰਦੇ ਹਾਂ, ਇਹ ਉਹ ਲੋਕ ਹੁੰਦੇ ਨੇ ਜਿਹਨਾਂ ਨੂੰ ਘੱਟ ਪੈਸੇ ਉੱਤੇ ਕੈਨੇਡਾ ਵਿੱਚ ਬੁਲਾ ਲਿਆ ਜਾਂਦਾ। ਪਰ ਦੂਜੇ ਪਾਸੇ ਜਿਹੜੇ ਕੈਨੇਡੀਅਨ ਨੇ ਉਹ ਇਸ ਚੀਜ਼ ਉੱਤੇ ਬਹੁਤ ਸਮੇਂ ਤੋਂ ਇਤਰਾਜ਼ ਕਰਦੇ ਆ ਰਹੇ ਆ ਵੀ ਸਾਡੀਆਂ ਜੌਬਾਂ ਇਹਨਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਤੇ ਸਾਨੂੰ ਕਿਉਂ ਇਹ ਜੌਬਾਂ ਨਹੀਂ ਦਿੱਤੀਆਂ ਜਾ ਰਹੀਆਂ। ਸੋ ਇਸ ਖਬਰ ਨੂੰ ਸੁਣ ਕੇ ਕੈਨੇਡੀਅਨ ਇਸ ਵੇਲੇ ਬਾਗੋ ਬਾਗ ਹੈਗੇ ਨੇ, ਸਾਰੇ ਚਾਹੁੰਦੇ ਆ ਵੀ ਸਾਨੂੰ ਜੌਬਾਂ ਮਿਲਣ। ਬਾਹਰੋਂ ਲੋਕ ਘੱਟ ਆਉਣਗੇ ਤਾਂ ਓਬਵੀਅਸਲੀ ਆ ਵੀ ਕੈਨੇਡਾ ਦੇ ਵਿੱਚ ਲੋਕਾਂ ਨੂੰ ਜੌਬਾਂ ਮਿਲਣਗੀਆਂ ਅਤੇ ਉਹਨਾਂ ਦੀ ਜਿਹੜੇ ਵੇਜਿਸ ਹੈਗੇ ਨੇ ਉਹ ਅੱਪ ਜਾਣਗੇ। ਪਰ ਨਾਲ ਦੀ ਨਾਲ ਗਵਰਨਮੈਂਟ ਨੇ ਕਿਹਾ ਆ ਵੀ ਜੇ ਕਿਸੇ ਵੀ ਕੰਪਨੀ ਨੇ ਬਾਹਰੋਂ ਬੰਦਾ ਮੰਗਾਉਣਾ, ਫੋਰਨ ਵਰਕਰ ਮੰਗਾਉਣਾ, ਤਾਂ ਉਹ ਮੰਗਾ ਸਕਦਾ ਹੈ, ਪਰ ਬਸ਼ਰਤੇ ਉਹਨੂੰ ਉਸ ਬੰਦੇ ਨੂੰ ਹਾਈ ਵੇਜ ਵਿੱਚ ਲਿਆਉਣਾ ਪਊਗਾ, ਯਾਨੀ ਕਿ ਉਹਨੂੰ ਵੱਧ ਪੈਸੇ ਦੇ ਕੇ ਕੈਨੇਡਾ ਵਿੱਚ ਲਿਆਉਣਾ ਪਊਗਾ। ਖੁਸ਼ੀ ਦੀ ਗੱਲ ਆ ਨਾ ਸਾਰਿਆਂ ਵਾਸਤੇ, ਕਿਉਂਕਿ ਕੈਨੇਡਾ 'ਚ ਮਹਿੰਗਾਈ ਆ। ਹੁਣ ਜਿਹੜੇ ਬੰਦੇ ਨੇ ਆਉਣਾ ਉਹਦੇ ਵੀ ਸੁਪਨੇ ਹੁੰਦੇ ਆ ਵੀ ਮੈਂ ਕੈਨੇਡਾ ਜਾ ਕੇ 4 ਪੈਸੇ ਕਮਾਵਾਂ, ਮੇਰੇ ਕੋਲ ਵੀ ਕੋਈ ਸੇਵਿੰਗਸ ਹੋਣ, ਮੈਂ ਵੀ ਆਪਦੇ ਸ਼ੌਂਕ ਪੂਰੇ ਕਰਾਂ। ਸੋ ਉਸ ਤਰੀਕੇ ਦੇ ਨਾਲ ਜਦੋਂ ਹੁਣ ਨਵਾਂ ਬੰਦਾ ਕੋਈ ਆਊਗਾ ਉਹਨੂੰ ਹੁਣ ਵੱਧ ਪੈਸੇ ਦੇਣੇ ਪੈਣਗੇ ਇੰਪਲੋਇਰ ਨੂੰ, ਅਤੇ ਜਿਹੜਾ ਕੰਮ ਕਰਨ ਵਾਲਾ ਜਿਹੜਾ ਇੰਪਲੋਈ ਹੈਗਾ ਉਹਦੇ ਕੋਲ ਵਧੀਆ ਸੇਵਿੰਗਸ ਆਉਣ ਹੋਣਗੀਆਂ। ਖੁਸ਼ੀ ਦੀ ਗੱਲ ਹੈਗੀ ਆ। ਇਹਦੇ ਨਾਲ ਨਾਲ ਹੁਣ ਦੂਜਾ ਇਹਦਾ ਪਹਿਲੂ ਵੀ ਹੈਗਾ, ਹੁਣ ਦੂਜਾ ਪਹਿਲੂ ਇਹ ਹੈਗਾ ਕਿ ਬਹੁਤ ਸਾਰੇ ਇੰਟਰਨੈਸ਼ਨਲ ਸਟੂਡੈਂਟ ਜਿਹੜੇ ਹੈਗੇ ਨੇ ਉਹ ਕੈਨੇਡਾ ਵਿੱਚ ਆਪਦਾ PR ਨੂੰ ਲੈ ਕੇ ਚਾਰਾਜੂਈ ਕਰਦੇ ਨੇ, ਕਿਉਂਕਿ PR ਮਿਲ ਨਹੀਂ ਰਹੀ। ਕੈਨੇਡਾ ਗਵਰਨਮੈਂਟ ਨੇ ਪਿਛਲੇ 2-3 ਸਾਲਾਂ ਦੇ ਵਿੱਚ, ਖਾਸ ਕਰਕੇ ਕੋਵਿਡ ਤੋਂ ਬਾਅਦ, ਜਿੱਦਾਂ ਹੁੰਦਾ ਨਾ ਵੀ ਦਰਵਾਜ਼ੇ ਹੀ ਖੋਲ੍ਹ ਦਿੱਤੇ ਵੀ ਹਰ ਕਿਸੇ ਨੂੰ ਸਟੱਡੀ ਵੀਜ਼ਾ, ਹਰ ਕਿਸੇ ਨੂੰ ਵਿਜ਼ਿਟਰ ਵੀਜ਼ਾ, ਹਰ ਕਿਸੇ ਨੂੰ ਵਰਕ ਪਰਮਿਟ। ਕੁਛ ਦੇ ਰਿਫਿਊਜ਼ ਵੀ ਜ਼ਰੂਰ ਹੋਏ ਹੋਣਗੇ, ਸਾਰਿਆਂ ਨੇ ਕਮੈਂਟ ਵਿੱਚ ਹੁਣ ਕਹਿਣਾ ਵੀ ਤੁਸੀਂ ਸਾਰਿਆਂ ਨੂੰ ਵੀਜ਼ੇ ਦੇ ਦਿੱਤੇ, ਸਾਡਾ ਤਾਂ ਰਿਫਿਊਜ਼ ਹੋ ਗਿਆ। ਪਰ ਕੋਈ ਸ਼ੱਕ ਨਹੀਂ, ਬਹੁਤ ਸਾਰੇ ਲੋਕਾਂ ਦੇ ਵੀਜ਼ੇ ਰਿਫਿਊਜ਼ ਵੀ ਹੋਏ ਨੇ। ਪਰ ਕੈਨੇਡਾ ਦੀ ਗਿਣਤੀ ਮਿਣਤੀ ਦੇ ਮੁਤਾਬਕ ਕੈਨੇਡਾ ਦੇ ਵਿੱਚ ਲੱਖਾਂ ਲੋਕ ਜਿਹੜੇ ਨੇ ਉਹ ਪਿਛਲੇ 2-3 ਸਾਲਾਂ ਦੇ ਵਿੱਚ ਪਹੁੰਚੇ ਨੇ, ਜਿਹਦੇ ਕਰਕੇ ਕੈਨੇਡਾ ਵਿੱਚ ਅੱਜ ਵਾਲੇ ਜਿਹੜੇ ਹਾਲਾਤ ਨੇ ਇਹ ਬਣੇ ਹੈਗੇ ਨੇ। ਔਰ ਦੂਜੇ ਪਾਸੇ ਮੈਂ ਗੱਲ ਕਰ ਰਿਹਾ ਸੀਗਾ ਵੀ ਜਿਹੜੇ ਸਾਡੇ ਇੰਟਰਨੈਸ਼ਨਲ ਸਟੂਡੈਂਟ ਨੇ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋ ਰਹੇ ਨੇ, ਜਿਹੜੇ ਪੜ੍ਹਾਈ ਤੋਂ ਬਾਅਦ ਉਹਨਾਂ ਨੂੰ ਵਰਕ ਪਰਮਿਟ ਮਿਲਦਾ ਉਹ ਖਤਮ ਹੋ ਰਿਹਾ, ਤਾਂ ਉਹਨਾਂ ਦੇ ਵਾਸਤੇ PR ਨੂੰ ਲੈ ਕੇ ਕੋਈ ਰਾਹ ਨਹੀਂ ਖੁੱਲ੍ਹ ਰਿਹਾ, PR ਨਹੀਂ ਹੋ ਰਹੀ।
ਹੁਣ ਉਹ ਬੱਚੇ ਅਕਸਰ ਕੀ ਕਰਦੇ ਹੈਗੇ ਨੇ, ਉਹ ਕਹਿੰਦੇ ਵੀ ਚਲੋ ਸਾਡਾ ਇੰਪਲੋਇਰ ਨਾਲ ਸਾਡੀ ਜਾਣ ਪਛਾਣ ਆ, ਅਸੀਂ ਇੱਥੋਂ ਕੰਮ ਕਰਦੇ ਹਾਂ, ਚਲੋ ਅਸੀਂ ਇੰਪਲੋਇਰ ਆਪਣੇ ਨੂੰ ਕਹਿ ਕੇ LMIA ਲੈ ਲੈਂਦੇ ਤਾਂ ਜੋ ਆਪਾਂ ਇੱਥੇ ਆਪਦਾ ਵਰਕ ਪਰਮਿਟ ਐਕਸਟੈਂਡ ਕਰ ਲਈਏ ਅਤੇ ਹੌਲੀ ਹੌਲੀ ਕੋਈ PR ਦੀ ਚਾਰਾਜੋਈ ਕਰਕੇ ਇੱਥੇ ਪੱਕੇ ਹੋ ਜਾਈਏ। ਹੁਣ ਮਸਲਾ ਇੱਥੇ ਖੜ ਗਿਆ ਕਿ ਜਦੋਂ ਹੁਣ LMIA 'ਚ ਮਿਲਣੀਆਂ ਹੀ ਘੱਟ ਜਾਣੀਆਂ ਤਾਂ ਉਹਨਾਂ ਬੱਚਿਆਂ ਵਾਸਤੇ ਵੀ ਜਿਹੜੀ ਸਟਰਗਲ ਆ ਉਹ ਵੱਡੀ ਹੋ ਜਾਣੀ ਆ। ਉਹ ਦੂਸਰੀ ਚੀਜ਼, ਜਿੱਥੇ ਲੋਅ ਵੇਜ ਉੱਤੇ ਪਹਿਲਾਂ LMIA ਨਿਕਲ ਜਾਂਦੀ ਸੀ, ਹੁਣ ਉਹ LMIA ਹਾਈ ਵੇਜ ਵਿੱਚ ਜਾਣੀ ਆ। ਹੁਣ ਜੇ ਕਿਸੇ ਇੰਪਲੋਇਰ ਨੂੰ ਲੋਕਲ ਕੰਮ ਕਰਨ ਵਾਸਤੇ ਮੰਨ ਲਈਏ ਕਿ $20 ਪਰ ਆਵਰ ਦੇ ਉੱਤੇ ਬੰਦਾ ਮਿਲਦਾ, ਤਾਂ ਉਹ ਕਿਸੇ ਨੂੰ $30 ਪਰ ਆਵਰ ਘੰਟੇ ਦੇ ਕੇ ਕਿਉਂ ਹਾਇਰ ਕਰੂਗਾ? ਇੱਕ ਵੱਡਾ ਸਵਾਲ ਹੈਗਾ। ਕੋਈ ਵੀ ਨਹੀਂ ਚਾਹੂਗਾ ਵੀ ਉਹ ਵੱਧ ਪੈਸੇ ਪੇ ਕਰਕੇ ਕਿਸੇ ਵੀ ਕਿਸੇ ਨੂੰ ਵੱਧ ਪੈਸੇ ਪੇ ਕਰੇ ਕੰਮ ਕਰਾਉਣ ਵਾਸਤੇ, ਜਦੋਂ ਕਿ ਉਹਦੇ ਕੋਲ ਘੱਟ ਪੈਸਿਆਂ ਉੱਤੇ ਕੰਮ ਕਰਨ ਵਾਸਤੇ ਬੰਦੇ ਜਿਹੜੇ ਉਹ ਮਿਲਦੇ ਹੋਣ। ਸੋ ਕੈਨੇਡਾ ਦੇ ਵਿੱਚ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਹੈ ਉਹਨਾਂ ਵਾਸਤੇ ਇੱਕ ਇਹ ਸਮੱਸਿਆ। ਦੂਜੀ ਸਮੱਸਿਆ, ਹੁਣ ਬਹੁਤ ਸਾਰੇ ਬੱਚੇ ਉਹ ਆ ਜਿਹੜੇ ਚਾਹੁੰਦੇ ਆ ਵੀ ਚਲੋ ਅਸੀਂ ਆਪਣੇ ਇੰਪਲੋਇਰ ਦੇ ਕੋਲੋਂ LMIA ਲੈ ਲਈਏ, ਜਿਹੜੀ ਡਿਊਲ ਇੰਟੈਂਟ ਹੁੰਦੀ ਹੈ। ਡਿਊਲ ਇੰਟੈਂਟ ਅਸੀਂ ਉਹਨੂੰ ਕਹਿੰਦੇ ਹਾਂ ਜਿਹਦੇ ਵਿੱਚ ਵਰਕ ਪਰਮਿਟ ਵੀ ਮਿਲ ਜਾਂਦਾ, ਵੱਧ ਜਾਂਦਾ, ਅਤੇ ਨਾਲ ਉਹਨਾਂ ਨੂੰ PR ਵਾਸਤੇ 50 points ਜਿਹੜੇ ਹੈਗੇ ਉਹ ਵੀ ਮਿਲ ਜਾਂਦੇ ਨੇ। ਹੁਣ ਜਦੋਂ LMIA ਹੀ ਨਹੀਂ ਮਿਲਣੀ ਤਾਂ 50 points ਕਿੱਥੋਂ ਆਉਣਗੇ? ਸੋ ਅਲਟੀਮੇਟਲੀ ਜਦੋਂ ਹੁਣ ਬੱਚਿਆਂ ਦੇ ਵਰਕ ਪਰਮਿਟ ਐਕਸਟੈਂਡ ਨਹੀਂ ਹੋਣਗੇ, ਜਦੋਂ ਉਹਨਾਂ ਨੂੰ ਇੱਥੇ ਕੋਈ ਹੋਰ ਆਪਸ਼ਨ ਨਹੀਂ ਮਿਲੂਗੀ ਤਾਂ ਉਹ ਕੀ ਕਰਨਗੇ? ਇਹ ਮੇਰਾ ਸਵਾਲ ਹੈ ਤੁਹਾਡੇ ਤਾਂ ਹੀ। ਕਮੈਂਟ ਕਰਕੇ ਜ਼ਰੂਰ ਦੱਸਿਓ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੈਗੇ ਹੋ। ਮੈਂ ਜਦੋਂ ਇਹ ਖਬਰ ਸੁਣੀ ਸੀ ਨਾ, ਮੈਨੂੰ ਇੱਕ ਪਲ ਲਈ ਤਾਂ ਬਹੁਤ ਚੰਗਾ ਲੱਗਾ। ਮੈਨੂੰ ਕਈਆਂ ਦੇ ਫੋਨ ਵੀ ਆ ਕਹਿੰਦੇ ਨੇ ਬਹੁਤ ਵਧੀਆ ਕੈਨੇਡਾ ਗੌਰਮੈਂਟ ਨੇ ਕੀਤਾ ਕੁਛ ਸਮੇਂ ਲਈ, ਅਤੇ ਮੈਂ ਵੀ ਉਹਦੀ ਖੁਸ਼ੀ ਜ਼ਰੂਰ ਮਨਾਈ। ਪਰ ਜਦੋਂ ਕਹਿ ਲਈਏ ਨਾ ਕਿ 5 ਮਿੰਟ ਲੰਘੇ ਤਾਂ ਮੈਨੂੰ ਇੰਝ ਲੱਗਾ ਵੀ ਗਰਮੀ ਬੜੀ ਜ਼ਿਆਦਾ ਹੋ ਗਈ ਆ ਅਤੇ ਹਵਾ ਦਾ ਬੁੱਲਾ ਆਇਆ ਸੀ ਲੰਘ ਗਿਆ, ਅਤੇ ਹੁਣ ਫਿਰ ਉਹ ਜਿਹਾ ਹੀ ਹੁੱਠ ਲੱਗ ਗਿਆ ਅਤੇ ਗੱਲ ਗੜਬੜ ਹੋ ਗਈ ਕੁਛ। ਫਿਰ ਮੇਰੇ ਦਿਮਾਗ ਵਿੱਚ ਇਹ ਗੱਲ ਥੋੜ੍ਹੀ ਜਿਹੀ ਕਹਿ ਲਓ ਪਕੜ ਵਿੱਚ ਆਉਣੀ ਸ਼ੁਰੂ ਹੋਈ ਵੀ ਇਹਦਾ ਅਸਰ ਤਾਂ ਸਾਡੇ ਸਟੂਡੈਂਟਸ ਉੱਤੇ ਬਹੁਤ ਬੁਰਾ ਪਵੇਗਾ, ਕਿਉਂਕਿ LMIA ਘੱਟ ਜਾਣੀ ਹੈਗੀਆਂ ਨੇ। ਜਦਕਿ ਕੈਨੇਡਾ ਗੌਰਮੈਂਟ ਨੂੰ ਕੁਛ ਹੋਰ ਫਾਰਮੂਲਾ ਸੋਚਣਾ ਚਾਹੀਦਾ ਸੀਗਾ ਵੀ ਆਮ ਜਿਹੜੇ ਲੋਕ, ਜਿਹੜੇ ਵਰਕਰ ਕਲਾਸ ਆ, ਜਿਹੜੇ ਮਿਹਨਤੀ ਲੋਕ ਹੈਗੇ ਨੇ, ਉਹਦੇ ਵਿੱਚ ਨਾ ਖਰਾਬ ਹੋਣ। ਪਰ ਹੁਣ ਗੱਲ ਕੀ ਆ ਵੀ ਹੁਣ ਆਟੇ ਦੇ ਨਾਲ ਜਿਹੜੇ ਕਹਿੰਦੇ ਆ ਵੀ ਘੁਣ ਵੀ ਪਿਸ ਜਾਣਾ, ਰਗੜੇ ਸਾਰੇ ਜਾਣੇ ਹੈਗੇ ਆ। ਸੋ ਇਹਦੇ ਬਾਰੇ ਤੁਸੀਂ ਹੁਣ ਕੀ ਸਮਝਦੇ ਹੋ ਕਮੈਂਟ ਵਿੱਚ ਜ਼ਰੂਰ ਦੱਸਿਓ ਜੇ। ਬਾਕੀ ਕੈਨੇਡਾ ਦੇ ਵਰਕ ਪਰਮਿਟ ਲੈ ਕੇ ਹੁਣ ਠੱਗੇ ਨਾ ਜਾਇਓ, ਮੈਂ ਤੁਹਾਨੂੰ ਸਾਰੀ ਗੱਲ ਸਮਝਾਤੀ ਹੈ ਵੀ ਚੇਂਜਸ ਆ ਰਹੀਆਂ ਨੇ, ਬਹੁਤ ਜਲਦੀ ਇੰਪਲੀਮੈਂਟ ਹੋ ਜਾਣੀਆਂ ਨੇ। ਜੇ ਹੁਣ ਵੀ ਤੁਸੀਂ ਕੈਨੇਡਾ ਦੇ ਵਰਕ ਪਰਮਿਟ ਦੇ ਨਾਲ ਠੱਗੇ ਜਾਂਦੇ ਹੋ ਤਾਂ ਗਲਤੀ ਬਈ ਤੁਹਾਡੀ ਹੋਵੇਗੀ ਵੀ ਤੁਸੀਂ ਕਿਸੇ ਚੰਗੀ ਸਲਾਹ ਨੂੰ ਜਾਂ ਚੰਗੀ ਇਨਫੋਰਮੇਸ਼ਨ ਨੂੰ ਨਾ ਸੁਣਿਆ ਅਤੇ ਨਾ ਤੁਸੀਂ ਬਾਕੀਆਂ ਨਾਲ ਸ਼ੇਅਰ ਕੀਤਾ। ਸੋ ਸ਼ੇਅਰ ਹੁਣ ਦੱਬ ਕੇ ਕਰਿਓ। ਜੇ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੋਵੇ ਤਾਂ ਮੇਰਾ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ ਇੰਸਟਾਗ੍ਰਾਮ ਅਕਾਊਂਟ GS ਢਿੱਲੋਂ, ਅਤੇ ਮੇਰੀ ਫੇਸਬੁੱਕ ID ਜਸਕਰਨ ਸਿੰਘ ਢਿੱਲੋਂ, ਉੱਥੇ ਤੁਸੀਂ ਮੈਸੇਜ ਮੈਨੂੰ ਕਰ ਸਕਦੇ ਹੈਗੇ ਹੋ। ਸੋ ਇੱਦਾਂ ਦੀਆਂ ਵਧੀਆ ਵਧੀਆ ਸਾਫ਼ ਸੁਥਰੀ ਜਾਣਕਾਰੀ ਲੈਣ ਵਾਸਤੇ ਸਾਡੇ ਨਾਲ ਜੁੜੇ ਰਹੋ। ਨਵੀਂ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਲਦੀ ਹਾਜ਼ਰ ਹੋਵਾਂਗਾ ਜੀ। ਰੱਬ ਰੱਖਾ। ਤੁਹਾਨੂੰ ਇੱਕ ਨਾ ਬੜੀ ਖੁਸ਼ੀ ਦੀ ਗੱਲ ਸੁਣਾਉਣਾ ਵਾ ਕਿ ਸਾਡੇ ਨਾ ਪੰਜਾਬ ਦੇ ਵਿੱਚ ਅੱਜ ਕੱਲ੍ਹ ਇੱਕ ਨਵੀਂ ਜਿਹੀ ਕਿਸਮ ਦੇ ਫੋਨ ਆਉਣ ਲੱਗ ਗਏ ਨੇ। 1.5-2 ਸਾਲ ਪਹਿਲਾਂ ਫੋਨ ਆਉਂਦੇ ਹੁੰਦੇ ਸੀਗੇ ਵੀ ਸਾਨੂੰ ਕੋਈ ਤਰੀਕਾ ਦੱਸੋ ਵੀ ਅਸੀਂ ਆਪਦੇ ਮੁੰਡੇ ਨੂੰ ਬਾਹਰ ਭੇਜਣਾ ਵੀ ਸਾਡੇ ਮੁੰਡੇ ਦਾ ਵੀਜ਼ਾ ਜਿਹੜਾ ਨਾ 2-4-5 ਦਿਨਾਂ ਦੇ ਵਿੱਚ ਲੱਗ ਜਾਵੇ ਤਾਂ ਮੁੰਡਾ ਸਾਡਾ ਸਿੱਧਾ ਜਾ ਕੇ ਕੈਨੇਡਾ ਲੈਂਡ ਕਰਕੇ ਅਤੇ ਕੰਮ 'ਤੇ ਲੱਗ ਜਾਵੇ। ਤਾਂ ਅੱਜ ਕੱਲ੍ਹ ਹੁਣ ਪਤਾ ਕੀ ਹੋ ਗਿਆ, ਫੋਨ ਆਉਂਦੇ ਨੇ ਜਿਹਦੇ ਵਿੱਚ ਹੁਣ ਪੁੱਛਦੇ ਨੇ ਵੀ ਸਾਨੂੰ ਆਪਣੇ ਬੱਚੇ ਦੇ ਫਿਊਚਰ ਵਾਸਤੇ ਕੋਈ ਇੱਦਾਂ ਦਾ ਕੋਰਸ ਦੱਸੋ, ਕੋਈ ਇੱਦਾਂ ਦਾ ਟ੍ਰੇਡ ਦੱਸੋ ਜਿਹਨੂੰ ਅਸੀਂ ਇੰਡੀਆ ਵਿੱਚ ਕਰਾ ਲਈਏ, ਯਾਨੀ ਕਿ ਪੰਜਾਬ ਵਿੱਚ ਐਡਮਿਸ਼ਨ ਕਰਾ ਕੇ ਉਹਨੂੰ ਉੱਥੇ ਪੜ੍ਹਾ ਲਈਏ। ਤਾਂ ਜੇ ਅਸੀਂ 2-3 ਸਾਲਾਂ ਨੂੰ 4 ਸਾਲਾਂ ਨੂੰ ਪਲਾਨ ਕਰਨਾ ਹੋਵੇ ਬੱਚੇ ਨੂੰ ਕੈਨੇਡਾ ਭੇਜਣ ਦਾ, ਤਾਂ ਸਾਡਾ ਬੱਚਾ ਉੱਥੇ ਜਾ ਕੇ ਈਜ਼ੀਲੀ ਉਹ ਸੈਟਲ ਹੋ ਜਾਵੇ, ਇੰਟੀਗ੍ਰੇਟ ਕਰ ਜਾਵੇ। ਸੋ ਮੈਨੂੰ ਇਹ ਇੱਕ ਬਹੁਤ ਵੱਡੀ ਤਬਦੀਲੀ ਲੱਗਦੀ ਹੈ ਲੋਕਾਂ ਦੇ ਸੁਭਾਅ ਦੇ ਵਿੱਚ, ਲੋਕਾਂ ਦੀ ਸੋਚ ਦੇ ਵਿੱਚ। ਉਹ ਸੋਚਣਾ ਵੀ ਚਾਹੀਦਾ ਇਸ ਤਰੀਕੇ ਦੇ ਨਾਲ, ਕਿਉਂਕਿ ਇਹਦੇ ਨਾਲ ਸਾਡੀ ਕਮਿਊਨਿਟੀ ਦਾ ਵੀ ਭਲਾ ਆ, ਸਾਡੇ ਆਪਦੇ ਮੁਲਕ ਪੰਜਾਬ ਦਾ ਵੀ ਭਲਾ ਹੈਗਾ ਆ। ਅਸੀਂ ਦੋਨੇ ਪਾਸੇ ਅਸੀਂ ਸੁਖੀ ਅਤੇ ਖੁਸ਼ ਰਹਿ ਸਕਦੇ ਹੈਗੇ ਹਾਂ, ਕਿਉਂਕਿ ਸਾਡੇ ਲੋਕਾਂ ਦੀ ਜਿਹੜੀ ਪਹਿਲੀ ਜਿਹੜੇ ਬੱਚੇ ਆਏ ਹੈਗੇ, ਇਹਨਾਂ ਦੀ ਬੇਸਿਕ ਕੁਆਲੀ
ਐਜੂਕੇਸ਼ਨ 12ਵੀਂ ਹੈ, 12ਵੀਂ ਤੋਂ ਅੱਗੇ ਅਸੀਂ ਸੁੱਗਣ ਚੁੱਕੇ ਹੈਗੇ ਹਾਂ ਤਾਂ ਸਾਡੇ ਕੋਲ ਜਿਹੜੀਆਂ ਆਡ ਜੋਬਸ ਹੈਗੀਆਂ ਨੇ ਉਹੀ ਕਰਦੇ ਅਸੀਂ, ਹੋਰ ਸਾਡੇ ਕੋਲ ਕੋਈ ਚੀਜ਼ ਕੁਛ ਚੀਜ਼ ਬਚੀ ਨਹੀਂ ਹੈਗੀ। ਤੇ ਜਿਹੜੀ ਹੁਣ ਅਗਲੀ ਪੀੜ੍ਹੀ ਆ ਜਿਹਨਾਂ ਅਗਲੀ ਜਨਰੇਸ਼ਨ ਨੇ ਹੁਣ ਕੈਨੇਡਾ ਵਿੱਚ ਆਉਣਾ ਆ ਤੇ ਜੇ ਉਹ ਹੁਣ 2-3 ਸਾਲ ਉੱਥੇ ਪੜ੍ਹ ਕੇ ਕੋਈ ਚੰਗਾ ਕੋਰਸ ਕਰਕੇ ਆਉਂਦੇ ਆ ਤੇ ਕੁਝ ਉਹੋ ਜਿਹੀਆਂ ਸਕਿੱਲਸ ਜਿਹੜੀਆਂ ਨੇ ਉਹ ਉੱਥੇ ਆਪਣੀਆਂ ਬਣਾ ਕੇ ਆਉਂਦੇ ਨੇ ਜਿਹੜੀਆਂ ਇਨ ਡਿਮਾਂਡ ਆਉਣ ਵਾਲੇ ਅਗਲੇ 10-10 ਸਾਲਾਂ ਦੇ ਵਿੱਚ ਰਹਿਣੀਆਂ ਨੇ ਤੇ ਉਹ ਬੱਚੇ ਵਾਕਈ ਇੱਥੇ ਆ ਕੇ ਈਜ਼ੀਲੀ ਸੈਟਲ ਹੋ ਸਕਦੇ। ਤੇ ਮੈਂ ਇਹੋ ਜਿਹੇ ਪੇਰੈਂਟਸ ਨੇ ਜਿਹੜੀ ਇਹੋ ਜਿਹੀ ਸੋਚ ਰੱਖਦੇ ਨੇ ਉਹਨਾਂ ਨੂੰ ਮੈਂ ਮੁਬਾਰਕਬਾਦ ਦਿੰਦਾ, ਸ਼ਾਬਾਸ਼ ਦਿੰਦਾ ਵੀ ਤੁਹਾਡੀ ਇਹ ਸੋਚ ਦੇ ਉੱਤੇ ਮੈਂ ਤੁਹਾਨੂੰ ਸਲਾਮ ਕਰਦਾ। ਤੁਸੀਂ ਸੋਚਣਾ ਸ਼ੁਰੂ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਚੰਗੇ ਨਤੀਜੇ ਚੰਗੇ ਰਿਜ਼ਲਟ ਵੀ ਤੁਸੀਂ ਜ਼ਰੂਰ ਦੇਖੋਗੇ ਕਿ ਤੁਸੀਂ ਆਪਣੇ ਬੱਚੇ ਦੇ ਫਿਊਚਰ ਵਾਸਤੇ ਇੱਕ ਸਹੀ ਡਿਸੀਜਨ ਜਿਹੜਾ ਤੁਸੀਂ ਲਿਆ ਹੈਗਾ ਹੈ।